ਪਤੀ ਪਤਨੀ ਵਿਚਕਾਰ ਵਿਵਾਦ ਚੱਲ ਰਿਹਾ ਸੀ, ਜਿਸ ਦੇ ਚੱਲਦੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਨੂੰ ਰਾਜ਼ੀਨਾਮਾ ਕਰਨ ਲਈ ਬੁਲਾਇਆ। ਪਰ ਰਾਜ਼ੀਨਾਮਾ ਕਰਨ ਦੇ ਬਹਾਨੇ ਕੁੜੀ ਵਾਲਿਆਂ ਨੇ ਮੁੰਡੇ ਵਾਲਿਆਂ ਤੇ ਹੀ ਹਮਲਾ ਕਰ ਦਿੱਤਾ ਤੇ ਉਹਨਾਂ ਦੀ ਜੰਮ ਕੇ ਕੁੱਟਮਾਰ ਕੀਤੀ। ਇਹ ਮਾਮਲਾ ਫਾਜ਼ਿਲਕਾ ਤੋਂ ਸਾਹਮਣੇ ਆਇਆ, ਜਿੱਥੇ ਫਾਜ਼ਿਲਕਾ ਦੇ ਡੀਸੀ ਦਫ਼ਤਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਉੱਤੇ ਉਸਦੇ ਸਹੁਰੇ ਪਰਿਵਾਰ ਉੱਤੇ ਕੁੱਟਮਾਰ ਕਰਨ ਦੇ ਇਲਜ਼ਾਮ ਲੱਗੇ ਨੇ। ਦੋਵੇਂ ਪੱਖਾਂ 'ਚ ਹੋਈ ਕੁੱਟਮਾਰ 'ਚ 5 ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਜ਼ਖਮੀ ਕਮਲ ਹਸਨ ਨੇ ਦੱਸਿਆ ਕਿ ਉਹ ਫਾਜ਼ਿਲਕਾ ਦੇ ਡੀਸੀ ਦਫ਼ਤਰ 'ਚ ਬਤੌਰ ਕਲਰਕ ਤੈਨਾਤ ਹੈ ਅਤੇ ਉਸਦਾ ਵਿਆਹ ਫਰਵਰੀ 2022 ਦੇ ਵਿੱਚ ਹੋਇਆ ਸੀ। ਉਸਦੇ ਕੋਲ ਇੱਕ ਮੁੰਡਾ ਵੀ ਹੈ। ਪਿਛਲੇ 1.5 ਸਾਲ ਤੋਂ ਉਸਦਾ ਆਪਣੀ ਪਤਨੀ ਦੇ ਨਾਲ ਪਰਿਵਾਰਕ ਵਿਵਾਦ ਚੱਲ ਰਿਹਾ ਹੈ, ਜਿਸਦੇ ਚੱਲਦੇ ਉਹ ਨਾਰਾਜ਼ ਹੋ ਕੇ ਪੇਕੇ ਚਲੀ ਗਈ। ਉਸਦੀ ਪਤਨੀ ਦੁਆਰਾ ਉਸਦੇ ਖਿਲਾਫ ਪੁਲਿਸ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਗਈ ਹੈ। ਕਮਲ ਹਸਨ ਨੇ ਦੱਸਿਆ ਕਿ ਉਸਨੂੰ ਪੰਚਾਇਤੀ ਵਿਅਕਤੀ ਦੇ ਦੁਆਰਾ ਰਾਜ਼ੀਨਾਮਾ ਕਰਾਉਣ ਦੇ ਲਈ ਬੁਲਾਇਆ ਗਿਆ ਸੀ ਅਤੇ ਉਹ ਰਾਜ਼ੀਨਾਮਾ ਕਰਨ ਲਈ ਮਲੋਡ ਦੇ ਇੱਕ ਨਿੱਜੀ ਪੈਲਸ 'ਚ ਪਹੁੰਚੇ, ਜਿੱਥੇ ਦੋਵੇਂ ਪੱਖਾਂ 'ਚ ਬਹਿਸ ਦੇ ਬਾਅਦ ਮਾਮਲਾ ਗਾਲੀ ਗਲੋਚ ਅਤੇ ਕੁੱਟਮਾਰ ਤੱਕ ਪਹੁੰਚ ਗਿਆ। ਕਮਲ ਹਸਨ ਨੇ ਇਲਜ਼ਾਮ ਲਗਾਇਆ ਕਿ ਸਹੁਰਾ ਪੱਖ ਦੇ ਲੋਕਾਂ ਨੇ ਪਹਿਲਾਂ ਤੋਂ ਹੀ ਲੋਕ ਬੁਲਾਏ ਹੋਏ ਸਨ, ਜਿਨ੍ਹਾਂ ਨੇ ਉਸਦੇ ਪਰਿਵਾਰ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ 2 ਮਹਿਲਾਵਾਂ ਸਹਿਤ 5 ਲੋਕ ਜ਼ਖਮੀ ਹੋ ਗਏ ਨੇ, ਜਿਨ੍ਹਾਂ ਦਾ ਹੁਣ ਸਰਕਾਰੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਜੀ, ਮੇਰਾ ਵਾਈਫ ਦੇ ਨਾਲ ਨਾ ਡਿਸਪਿਊਟ ਚੱਲ ਰਿਹਾ ਹੈ, 1.5 ਸਾਲ ਹੋ ਗਿਆ। ਉਹ ਅਲੱਗ ਅਲੱਗ ਥਾਣਿਆਂ ਦੇ ਵਿੱਚ ਦਰਖਾਸਤਾਂ ਦੇ ਦਿੰਦੀ ਹੈ ਅਤੇ ਮਤਲਬ ਕਿ ਝੂਠੀਆਂ ਦਰਖਾਸਤਾਂ ਦਿੰਦੀ ਹੈ, ਸਾਨੂੰ ਅਲੱਗ ਜਗ੍ਹਾ 'ਤੇ ਬੁਲਾ ਕੇ ਸਾਡੇ 'ਤੇ ਹਮਲਾ ਕਰਾਉਂਦੇ ਹੈ। ਅਤੇ ਜੀ, ਇਹਨਾਂ ਨੇ ਸਾਨੂੰ ਸ਼ੁੱਕਰਵਾਰ DSP ਆਫਿਸ ਤੋਂ ਫੋਨ ਆਇਆ ਸੀ ਕਿ ਤੁਹਾਨੂੰ ਪਰਵਾਨਾ ਕੱਟਿਆ ਹੋਇਆ। ਮੈਂ ਸ਼ਨੀਵਾਰ ਨੂੰ ਫਲੱਡ ਬ੍ਰਾਂਚ ਦੇ ਵਿੱਚ ਬੈਠਾ ਸੀ, ਡਿਪਟੀ ਕਮਿਸ਼ਨਰ ਦਫ਼ਤਰ ਫਾਜ਼ਿਲਕਾ ਦੇ ਵਿੱਚ, ਅਤੇ ਮੈਨੂੰ ਮੈਸੇਜ ਆ ਗਿਆ ਕਿ ਤੁਹਾਨੂੰ ਪਰਵਾਨਾ ਕੱਟਿਆ ਗਿਆ, ਤੁਸੀਂ ਐਤਵਾਰ ਨੂੰ ਪੇਸ਼ ਹੋ ਜੀ। ਅਸੀਂ ਉੱਥੇ ਚੱਲ ਗਏ ਸੀਗੇ, ਹੁਣ ਇਹਨਾਂ ਨੇ ਲਾਸਟ ਵਾਰੀ ਸਾਨੂੰ ਕਿਹਾ ਸੀਗਾ ਵੀ ਤੁਸੀਂ ਆ ਕੇ ਆਪਦੇ ਬਿਆਨ ਦਿਓ, ਅਤੇ ਅਸੀਂ ਉੱਥੇ ਜੀ ਅੱਜ ਸਵੇਰੇ ਗਿਆ ਬਿਆਨ ਦੇਣ ਪਹੁੰਚੇ ਹਾਂ। ਅਸੀਂ ਥਾਣੇ ਪਹੁੰਚੇ ਹਾਂ ਜੀ, ਸਵੇਰੇ ਦਫ਼ਤਰ ਵੀ ਮੈਂ ਇੰਟੀਮੇਟ ਕਰਕੇ ਗਿਆ ਜੀ, ਛੁੱਟੀ ਪਾ ਕੇ ਗਿਆ ਮੈਂ ਆਪਦੇ HRMS ਕੋਰਟ ਦੇ ਵਿੱਚ ਕਿ ਮੈਂ DSP ਦਫ਼ਤਰ ਮਲੋਟ ਜਾ ਰਿਹਾ ਜੀ। ਅਸੀਂ ਆਪਦੇ ਮੋਹਤਵਾਰ ਬੰਦਿਆਂ ਦੇ ਨਾਲ, ਆਪਦਾ ਬਿਲਕੁਲ ਸਿਆਣੇ ਬੰਦਿਆਂ ਦੇ ਨਾਲ, ਵਿਅਕਤੀਆਂ ਦੇ ਨਾਲ ਅਸੀਂ ਥਾਣੇ 'ਚ ਪਹੁੰਚ ਗਿਆ, ਜਿਹਦੇ ਵਿੱਚ ਮੇਰੀ ਮੰਮੀ ਮਧੂਬਾਲਾ, ਮੈਂ ਅਤੇ ਮੇਰੇ ਮਾਮਾ ਜੀ ਸੀਗੇ ਦੋਵੇਂ, ਸੂਰਜ ਅਤੇ ਦੇਵਾਨੰਦ ਜੀ, ਅਤੇ ਮੇਰੀ ਮਾਮੀ ਜੀ ਸੀਗੀ, ਅਤੇ ਨਾਲ ਹੀ ਮੇਰੇ ਓਮੀ, ਸਾਡਾ ਓਮ ਪ੍ਰਕਾਸ਼ ਉਹ ਜਿਹਦਾ ਨਾਂ ਹੈ ਓਮੀ MC, ਅਤੇ ਕ੍ਰਿਸ਼ਨ ਜੀ, ਇਹ ਵੀ ਸਾਡੇ ਮੋਹਤਵਾਰ ਬੰਦੇ ਸਾਡੇ ਨਾਲ ਗਏ ਸੀਗੇ ਜੀ। ਉੱਥੇ ਅਸੀਂ ਪੂਰੀ ਜੀ ਚਲੋ ਵੀਡੀਓ ਖਿੱਚ ਬਣਾਈ ਹੈ, ਅਤੇ ਥੋੜ੍ਹਾ ਉੱਥੇ ਅਟੈਂਡੈਂਸ ਲਾਈ ਅਸੀਂ ਕਿ ਅਸੀਂ DSP ਦਫ਼ਤਰ ਮਲੋਟ ਪਹੁੰਚ ਚੁੱਕੇ ਹਾਂ। ਰੀਡਰ ਕੋਲ ਅਸੀਂ ਅੰਦਰ ਗਏ ਹਾਂ ਕਿ ਰੀਡਰ ਸਾਹਿਬ, ਉਹਨਾਂ ਨੂੰ ਤੁਸੀਂ ਮੈਸੇਜ ਲਾ ਦਿਓ ਦੂਜੀ ਪਾਰਟੀ ਇੱਧਰ ਆ ਜਾਵੇ। ਉਹ ਕਹਿੰਦੇ ਜੀ ਤੁਸੀਂ 15 ਮਿੰਟ ਗੱਲ ਕਰ ਲਓ ਬਾਹਰ, ਡਿਪਟੀ ਸਾਹਿਬ ਹੈ ਨਹੀਂ ਗੇ, ਐਵੀਡੈਂਸ 'ਤੇ ਗਏ ਆ ਜੀ, ਅਤੇ ਉਹ ਕਹਿੰਦੇ ਤੁਸੀਂ ਉਹਨਾਂ ਨੂੰ ਇੰਟੀਮੇਟ ਕਰ ਦਿਓ ਜੀ। ਸਾਨੂੰ ਉਹਨਾਂ ਦੇ ਬੰਦਿਆਂ ਦਾ, ਜਗਨ ਦਾ ਫੋਨ ਆ ਗਿਆ ਸਾਡੇ ਮੋਹਤਵਾਰ ਬੰਦਿਆਂ ਨੂੰ ਕਿ ਅਸੀਂ ਗੈਸਟ ਹਾਊਸ ਬੁੱਕ ਕੀਤਾ, ਤੁਸੀਂ ਉੱਥੇ ਆ ਜਾਓ। ਸਾਨੂੰ ਕੱਲ੍ਹ ਸ਼ਾਮ ਤੋਂ ਹੀ ਫੋਨ ਆ ਰਿਹਾ ਸੀ ਕਿ ਤੁਸੀਂ ਥਾਣੇ 'ਚ ਨਹੀਂ ਜਾਣਾ, ਤੁਸੀਂ ਸਾਡੇ ਘਰ ਬਹਿ ਜਾਓ, ਅਸੀਂ ਸਾਡੀ ਦੁਕਾਨ 'ਤੇ ਆ ਜਾਓ, ਸਾਡੇ ਇੱਧਰ ਆ ਜਾਓ, ਉੱਧਰ ਆ ਜਾਓ ਜੀ ਜੀ। ਅਤੇ ਜੀ, ਅਸੀਂ ਫਿਰ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਗੈਸਟ ਹਾਊਸ ਬੁੱਕ ਕੀਤਾ ਸੀ, ਕਹਿੰਦੇ ਜੀ ਮੰਤਰੀ ਨੇ ਬਲਜੀਤ ਕੌਰ ਮਲੋਟ ਦੀ, ਉਹਨਾਂ ਦਾ ਕੋਈ ਗੈਸਟ ਹਾਊਸ ਹੈ, ਤੁਸੀਂ ਉੱਥੇ ਆ ਜਾਓ। ਅਸੀਂ ਜੀ ਇਤਬਾਰ ਕਰਕੇ ਚੱਲ ਗਏ, ਅਸੀਂ ਉਸ ਗੈਸਟ ਹਾਊਸ ਦੇ ਵਿੱਚ ਗਏ ਹਾਂ ਜੀ, ਉੱਥੇ ਕੋਈ ਵੀ ਨਹੀਂ ਸੀ, ਸਾਰਾ ਖਾਲੀ ਹਾਲ ਸੀਗਾ, ਉਹ ਮੈਰਿਜ ਬਿਊਰੋ ਟਾਈਪ ਸੀ ਜੀ। ਇਹ ਗੱਡੀਆਂ ਭਰ ਭਰ ਕੇ ਉੱਥੇ ਆਈਆਂ, ਅਤੇ ਅਸੀਂ ਫਿਰ ਚੁੱਪ ਸੀਗੇ ਆਪਦੇ, ਮੇਰੇ ਮੋਹਤਵਾਰ ਬੰਦੇ, ਮੇਰੇ ਮਾਮਾ ਜੀ ਅੰਦਰ ਗਏ, ਇਹਨਾਂ ਨਾਲ ਆਰਾਮ ਨਾਲ ਗੱਲ ਕਰ ਰਹੇ ਹਾਂ। ਉਹ ਇੰਨੀ ਉੱਚੀ ਉੱਚੀ ਸਾਨੂੰ ਗਾਲੀ ਗਲੋਚ ਕਰ ਰਿਹਾ, ਅਤੇ ਸਾਡੀਆਂ ਮਾਵਾਂ ਧੀਆਂ ਨੂੰ ਗਾਲਾਂ ਕੱਢ ਰਹੇ ਸੀ। ਅਸੀਂ ਕੁਛ ਨਹੀਂ ਕਿਹਾ, ਅਸੀਂ ਕਿਹਾ ਕਿ ਅਸੀਂ ਥਾਣੇ ਚੱਲੇ ਹਾਂ। ਉਵੇਂ ਹੀ ਜੀ ਉਹਨਾਂ ਨੇ ਸਾਨੂੰ ਪਿੱਛੋਂ ਬੁਲਾ ਕੇ ਹਮਲਾ ਕੀਤਾ, ਅਤੇ 2 ਗੱਡੀਆਂ ਹੋਰ ਮੰਗਾਲੀਆਂ, ਜਿਨ੍ਹਾਂ ਦੇ ਵਿੱਚ ਕੋਈ 20-22 ਅਣਪਛਾਤੇ ਬੰਦੇ ਸੀਗੇ। ਅਸੀਂ 5 ਲੋਕ ਜ਼ਖਮੀ ਹੋਏ ਹਾਂ ਜੀ, ਉਹਦੇ ਵਿੱਚ ਮਧੂਬਾਲਾ ਮੇਰੇ ਮੰਮੀ ਹੈ, ਮੈਂ, ਮੇਰੇ ਭੂਆ ਜੀ,
ਤੇ ਸੁਨੀਤਾ ਰਾਣੀ ਫੁੱਫੜ ਹੈ ਰਾਜਾ ਰਾਮ ਤੇ ਮੇਰੇ ਚਾਚਾ ਜੀ ਇਹਨਾਂ ਨੇ ਬਹੁਤ ਕੁੱਟਮਾਰ ਕੀਤੀ ਹੈ ਤੇ ਇਹ ਇਹਨਾਂ ਕੋਲ ਤੇਜ਼ਧਾਰ ਹਥਿਆਰ ਸੀ ਉੱਥੇ ਮੈਂ ਵੀਡੀਓ ਸ਼ੂਟ ਕੀਤੀ ਹੈ ਫਟਾਫਟ ਦੇ ਬਾਹਰ ਆ ਕੇ ਸ਼ੋਰ ਮਚਾ ਕੇ ਅਸੀਂ ਫਟਾਫਟ ਜਾਨ ਬਚਾ ਕੇ ਕਿਵੇਂ ਨਾ ਕਿਵੇਂ ਫਾਜ਼ਿਲਕਾ ਪਹੁੰਚੇ ਹਾਂ ਇਹ ਜੀ ਬਸ ਛੋਟੀਆਂ ਛੋਟੀਆਂ ਗੱਲਾਂ ਤੇ ਇਹਦੇ ਵਿੱਚ ਮੇਰਾ ਸਹੁਰਾ ਸੀਗਾ ਉਹ ਇਹੀ ਡਿਮਾਂਡ ਕਰਦੇ ਸੀ ਬਈ ਇਹਨੂੰ ਖੁੱਲ੍ਹਾ ਖਰਚਾ ਦੇ ਆਪਦੀ ਸੈਲਰੀ ਦੇ ਠੀਕ ਹੈ ਅਤੇ ਉਹ ਜਿਹੜੀਆਂ ਸੀਗੀਆਂ ਮੇਰੀ ਸਟੇਟਮੈਂਟ ਮੈਂ ਦਿੱਤੀਆਂ ਹੋਈਆਂ ਕਿ ਸਾਡੇ ਪੰਚਾਇਤੀ ਬੰਦਿਆਂ ਨੂੰ ਵੀ ਪਤਾ ਸੀ ਇਹਨਾਂ ਦਾ ਇੱਕ ਹੀ ਮੋਟਿਵ ਸੀ ਕਿ ਸਾਨੂੰ 20 ਲੱਖ ਰੁਪਈਆ ਦਿਓ ਅਸੀਂ ਕਿਹੜੀ ਕੁੜੀ ਕਿਤੇ ਹੋਰ ਵਿਆਹੁਣੀ ਹੈ ਸਿਰਫ ਉਹ ਮਨੀ ਮਾਇੰਡਿਡ ਅਤੇ ਪੈਸੇ ਦੇ ਚੱਕਰ ਦੇ ਵਿੱਚ ਸਾਡੇ ਨਾਲ ਆਹ ਕੁਛ ਕਰ ਰਹੇ ਆ ਇੱਥੋਂ ਜੀ ਪੰਚਾਇਤ ਗਈ ਸੀ ਉਹਨਾਂ ਨੇ ਕਿਹਾ ਵੀ ਪੰਚਾਇਤ ਉੱਥੋਂ ਦੀ ਪੰਚਾਇਤ ਨੇ ਵੀ ਟਾਈਮ ਦਿੱਤਾ ਹੋਇਆ ਸੀ ਸਾਡੇ ਓਮ ਪ੍ਰਕਾਸ਼ ਜੀ ਸਾਹਿਬ ਅਸੀਂ ਨਾਲ ਗਏ ਪੰਚਾਇਤ ਗਈ ਅਸੀਂ ਕਿਹਾ ਉੱਥੇ ਜਾ ਕੇ ਗੱਲ ਕਰਾਂਗੇ ਚਲੋ ਦੋਵੇਂ ਤਰ੍ਹਾਂ ਦੀ ਪੰਚਾਇਤ ਬਹਿ ਕੇ ਇਹਨੂੰ ਮਸਲੇ ਨੂੰ ਸੁਲਝਾਏਗੀ ਅਤੇ ਉੱਥੇ ਜਾ ਕੇ ਕੋਈ ਗੱਲ ਨਹੀਂ ਹੋਈ ਹੈ ਜੀ ਉੱਥੇ ਜਾ ਕੇ ਆਉਂਦੇ ਨਾਲ ਹੀ ਉਹ ਪੁੱਠਾ ਸਿੱਧਾ ਬੋਲਣ ਲੱਗ ਗਏ ਇੱਧਰੋਂ ਇਹ ਵੀ ਦੋਵੇਂ ਪਾਸੇ ਹੀ ਇਹਨਾਂ ਦੀ ਆਪਸ ਵਿੱਚ ਉੱਥੋਂ ਉੱਠਾ ਹੋ ਗਈ ਔਰ ਬਾਕੀ ਉਹਨਾਂ ਦੇ ਪਹਿਲੇ ਹੁੰਦੇ ਮੁੰਡੇ ਪਹਿਲਾਂ ਹੀ ਹੈਗੇ ਜੀ ਉਹ ਅਸੀਂ ਉੱਥੇ ਗਏ ਸੀ ਪੰਚਾਇਤ ਕਰਨ ਵਾਸਤੇ ਅਸੀਂ ਕੁਛ ਨਹੀਂ ਕਿਹਾ ਉਹਨਾਂ ਨੂੰ ਅਸੀਂ ਬਾਹਰ ਖੜੇ ਸੀ ਆ ਕੇ ਸਾਡੇ ਮੁੰਡੇ ਦੇ ਹੱਥ ਪਾਉਣ ਲੱਗੇ ਫਿਰ ਮੇਰੇ ਘਰ ਵਾਲੇ ਦੇ ਪਾਇਆ ਫਿਰ ਮੇਰੇ ਭਰਾ ਦੇ ਪਾਇਆ ਮੇਰੀ ਭਰਜਾਈ ਦੇ ਉਹਨਾਂ ਦੀ ਦੋਨੇ ਕੁੜੀਆਂ ਨੇ ਮੈਨੂੰ ਪਿੱਛੋਂ ਖਿੱਚ ਕੇ ਥੱਲੇ ਮਾਰਿਆ ਡੇਕ ਕੇ ਤੇ ਮੇਰੀ ਸਾਰੀਆਂ ਚੂੜੀਆਂ ਤੋੜਤੀਆਂ ਮੈਨੂੰ ਉਹਦੇ ਪਿਓ ਨੇ ਮੇਰੇ ਕੱਪੜੇ ਫਾੜੇ ਉਹਦੇ ਪਿਓ ਨੇ ਮੈਨੂੰ 3-4 ਮਾਰ ਲਪੇੜੇ ਇਹ ਮੇਰਾ ਭਤੀਜਾ ਹੈ ਮੇਰੇ ਭਰਾ ਦਾ ਮੁੰਡਾ ਤੇ ਅਸੀਂ ਤਾਂ ਉਹੀ ਗਏ ਸੀ ਤੇ ਇਹਨਾਂ ਨੇ ਸਾਨੂੰ ਮੈਂਟਲੀ ਤੌਰ ਤੇ ਬਹੁਤ ਪਰੇਸ਼ਾਨ ਕੀਤਾ ਹੈ ਸਾਨੂੰ ਗਾਲਾਂ ਕੱਢਦੇ ਨੇ ਬਹੁਤ ਬੱਚਿਆਂ ਨੂੰ ਸਾਡਿਆਂ ਨੂੰ ਮੈਸੇਜ ਕਰਦੇ ਨੇ ਗੰਦੀਆਂ ਗੰਦੀਆਂ ਗਾਲਾਂ ਕੁੜੀ ਕੱਢਦੀ ਹੈ ਨੇ ਗੁੰਡੇ ਬੁਲਾਏ ਹੋਏ ਸੀ ਮੇਰੇ ਭਰਾ ਦੇ ਸੱਟ ਮਾਰੀ ਉਹਨਾਂ ਨੇ ਗੁੰਡਿਆਂ ਨੇ ਅਸੀਂ ਮਸਾ ਜਾਨ ਭਜਾ ਕੇ ਭੱਜੇ ਫਿਰ ਅਸੀਂ ਇਨਾ ਹੀ ਚਾਹੁੰਦੇ ਹਾਂ ਬਈ ਅਸੀਂ ਸਾਡੇ ਨਾਲ ਨਿਆਏ ਹੋਵੇ ਅਨਿਆਏ ਬਹੁਤ ਹੋਇਆ ਸਾਡੇ ਨਾਲ ਕਿਉਂਕਿ 3-4 ਵਾਰੀ ਸਾਡੇ ਬਾਹਰ ਕੀਤਾ ਇਹਨਾਂ ਨੇ ਕੋਈ ਇਹਨਾਂ ਦੀ ਲੜਾਈ ਹੋਈ ਹੈ ਕੋਈ ਰਾਜਨਾਮੇ ਲਈ ਗਏ ਸੀਗੇ ਸ਼ਾਇਦ ਮਲੋਟ ਗਏ ਸੀ ਮਲੋਟ ਦੇ ਇੰਸੀਡੈਂਟਸ ਹੈ ਵੈਸੇ ਸਟੇਬਲ ਨੇ ਕੋਈ ਸੱਟ ਵਗੈਰਾ ਨਹੀਂ ਜਾਣਾ ਸਟੇਬਲ ਨੇ ਕੁਛ ਉਹਨਾਂ ਨੂੰ ਇਨਫੋਰਮ ਕਰਤਾ ਆਪਾਂ ਕਿ ਇੰਸੀਡੈਂਸ ਜੋ ਪਲੇਸ ਹੈ ਕਿ ਪਰਚਾ ਉੱਥੋਂ ਕਟਵਾਉਣਾ ਤੁਹਾਡੇ ਲਈ ਮਤਲਬ ਬੈਟਰ ਰਹਿੰਦਾ ਕਿ ਅੱਗੇ ਪੁਲਿਸ ਵਾਲੇ ਕਾਰਵਾਈ ਕਰਵਾਉਣਗੇ ਪਰ ਉਹ ਕਹਿੰਦੇ ਨਹੀਂ ਅਸੀਂ ਇੱਥੇ ਹੀ ਕਟਵਾਉਣਾ ਉਹ ਆਪਣੇ ਵੱਲੋਂ ਲਿਖਤ 'ਚ ਦੇ ਤਾ ਉਹਨਾਂ ਨੇ ਵੀ ਜੋ ਵੀ ਅੱਗੇ ਹੋਊਗਾ ਅਸੀਂ ਆਪਣੇ ਆਪ ਕਰਵਾ ਲਵਾਂਗੇ ਉਹਨਾਂ ਨੇ ਐਪਲੀਕੇਸ਼ਨ ਦਿੱਤੀ ਵੀ ਅਸੀਂ ਪਰਚਾ ਪਰਚਾ ਫਿਰ ਇੱਥੇ ਹੀ ਕੱਟ ਰਹੇ ਇਹਨਾਂ ਦਾ ਪਰਚਿਆਂ ਨੂੰ ਫਾਰਵਰਡ ਕਰਵਾ ਦਿੱਤਾ